प्यारे दर्शकों, खबर ते विचार प्रोग्राम लैके तुहाडी सेवा च हाजिर हाँ। मेरे नाल मेरा साथ दे रहे ने सरदार जसपाल सिंह जी हेरा, मुख संपादक रोजाना पहरेदार। प्रोग्राम शुरू करन तों पहलां आओ फतेह दी सांझ पाईए। वाहिगुरु जी का खालसा, वाहिगुरु जी की फतेह। हेरा साहब, जिवें कि आपां देखदे हां पिछले दो क दहाकियां तों पंजाब दे विच इक कार सेवा लहर चली। वो कार सेवा लहर जिहड़ी आ उह भावें अपने आप चंगी लहर मन्नी जांदी आ, पर कार सेवा वाले महापुरशां ने एक साढ़े बहुत ही जो आप कह सकते ऐसा काम किया कि जिहड़े साढ़े इतिहासिक स्थान ने गुरु साहिबान दे उन्हां दी पुरातनता नूं वाढा ला लिया उन्होंने, ते जिन्नी पुरातन स्थान सी उन्हां नूं खत्म करके उन्हां जगह ते चिट्टे मार्बल दे संगमरमर ला के उन्होंने गुरद्वारे जिहड़े इमारतां उसारतीआं, जिहड़ी कि साडी जिहड़ी पीढ़ी आ नौजवान पीढ़ी जां साडीआं अजोकीआं आउण वालीआं पीढ़ियां ने ਉਹ ਭਵਿੱਖ ਵਿੱਚ ਸਾਡੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਸੀ ਉਹਨਾਂ ਦੇ ਦਰਸ਼ਨ ਕਰਨ ਤੋਂ ਵਾਂਝੀਆਂ ਰਹਿ ਜਾਣਗੀਆਂ। ਔਰ ਇਸੇ ਤਰ੍ਹਾਂ ਦੀ ਇੱਕ ਹੁਣ ਜਿਹੜਾ ਫੈਸਲਾ ਗੁਰਦੁਆਰੇ ਦਮਦਮਾ ਸਾਹਿਬ ਜਿਹੜਾ ਤਖ਼ਤ ਹੈ ਸਾਡਾ, ਉੱਥੇ ਬਾਬਾ ਦੀਪ ਸਿੰਘ ਦੇ ਵੇਲੇ ਦਾ ਇੱਕ ਭੋਰਾ ਸਾਹਿਬ ਨੇ, ਔਰ ਹੁਣ ਉਹਨਾਂ ਨੇ ਭੋਰਾ ਸਾਹਿਬ ਨੂੰ ਢਾਹੁਣ ਦੀ ਇੱਕ ਯੋਜਨਾ ਬਣਾਈ ਆ। ਔਰ ਜਿਹੜੀ ਮੈਂ ਸਮਝਦਾ ਇੱਕ ਬੜੀ ਦੁਖਦਾਈ ਫੈਸਲਾ ਹੋਵੇਗਾ ਜੇਕਰ ਇਹ ਫੈਸਲੇ ਨੂੰ ਨੇਪੇ ਚਾੜ੍ਹਦੇ ਨੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਰਮਜੀਤ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਆ ਕਿ ਕਾਰ ਸੇਵਾ ਦੇ ਨਾਂ 'ਤੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਉਹ ਪੁਰਾਤਨ ਇਤਿਹਾਸਕ ਨਿਸ਼ਾਨੀਆਂ ਨੇ ਜਿਹੜੀਆਂ ਉਹ ਖਤਮ ਕੀਤੀਆਂ ਗਈਆਂ ਨੇ, ਉਹਦਾ ਜਿੰਨਾ ਅਸੀਂ ਨੁਕਸਾਨ ਕਹਿ ਸਕੀਏ ਉਨਾ ਸ਼ਾਇਦ ਮੈਂ ਸਮਝਦਾ ਕਿ ਉਹ ਥੋੜ੍ਹਾ। ਬਹੁਤ ਵੱਡਾ ਕੌਮ ਦਾ ਜਿਹੜਾ ਉਹ ਨੁਕਸਾਨ ਹੋਇਆ ਵਾ, ਬਹੁਤ ਵੱਡਾ ਕੌਮ ਦਾ ਨੁਕਸਾਨ ਕੀਤਾ ਗਿਆ। ਕਿਉਂਕਿ ਤੁਸੀਂ ਦੇਖੋ ਕਿ ਜਿਹੜੀ ਨਿਸ਼ਾਨੀ, ਜਿਹੜੀ ਕੋਈ ਇਤਿਹਾਸਕ ਯਾਦਗਾਰ ਉਸ ਸਮੇਂ ਨਾਲ ਸੰਬੰਧਿਤ ਹੈ, ਜੇ ਅਸੀਂ ਗੱਲ ਕਰੀਏ ਸਰਹੰਦ ਦੀ ਦੀਵਾਰ ਦੀ, ਜਿੱਥੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ, ਮਾਸੂਮ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ ਸੀ, ਉਹ ਦੀਵਾਰ ਦਾ ਜਦੋਂ ਬੰਦੇ ਦੇ ਮਨ ਦੇ ਵਿੱਚ ਉਹ ਦੀਵਾਰ ਦੇ ਜੋ ਦਰਸ਼ਨ ਕਰਦਾ ਵਾ, ਉਹਦੇ ਮਨ ਦੇ ਵਿੱਚ ਉਹ ਅਹਿਸਾਸ ਪੈਦਾ ਹੁੰਦਾ ਵਾ ਉਸ ਪਲ ਦਾ ਕਿ ਉਹ ਮਾਸੂਮ ਬੱਚੇ ਇਸ ਦੀਵਾਰ 'ਚ ਖੜ੍ਹੇ ਸੀ, ਅਤੇ ਉਹ ਮਤਲਬ ਉਹਦੇ ਮਨ ਦੇ ਵਿੱਚ ਉਹ ਪਲ ਨੇ ਜਿਹੜੇ ਉਹ ਜਾਗਦੇ ਨੇ, ਉਹਨਾਂ ਦੀ ਤਸਵੀਰ, ਉਹਨਾਂ ਦਾ ਦ੍ਰਿਸ਼ ਆ ਜਿਹੜਾ ਉਹ ਹੂ ਬਹੂ ਘੁੰਮਦਾ ਹੈ। ਬਿਲਕੁਲ ਜੀ। ਅਤੇ ਕੋਈ ਵੀ ਅੱਖ ਸੀ ਜਿਹੜੀ ਉੱਥੇ ਜਾ ਕੇ ਨਮ ਹੋਣ ਤੋਂ ਰਹਿੰਦੀ ਨਹੀਂ ਸੀ। ਸੋ ਇਸੇ ਹੀ ਤਰ੍ਹਾਂ ਚਮਕੌਰ ਦੀ ਗੜੀ ਲੈ ਲਈਏ ਜਾਂ ਇਸੇ ਹੀ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਪਵਿੱਤਰ ਇਤਿਹਾਸਕ ਨਿਸ਼ਾਨੀਆਂ ਸੀ ਜਿਹੜੀਆਂ ਕਾਰ ਸੇਵਾ ਦੇ ਨਾਂ 'ਤੇ ਢਾ ਦਿੱਤੀਆਂ ਗਈਆਂ ਨੇ, ਮਿਟਾ ਦਿੱਤੀਆਂ ਗਈਆਂ ਨੇ। ਠੀਕ ਹੈ ਕਿ ਅੱਜ ਦੇ ਨਵੇਂ ਸਮੇਂ ਦੇ ਅਨੁਸਾਰ ਸਾਨੂੰ ਵੱਡੇ ਦੀਵਾਨ ਹਾਲ ਵੀ ਚਾਹੀਦੇ ਨੇ, ਗੁਰਦੁਆਰਾ ਸਾਹਿਬ ਦੀ ਸੋਹਣੀ ਇਮਾਰਤ ਵੀ ਚਾਹੀਦੀ ਆ, ਉਹ ਇੱਕ ਵੱਖਰਾ ਮੁੱਦਾ ਵੀ ਹੋ ਸਕਦਾ ਸੀਗਾ ਵੱਖਰਾ ਵੀ ਕਿ ਅਸੀਂ ਜਿਹੜੀਆਂ ਸਾਡੀਆਂ ਪੁਰਾਤਨ ਇਤਿਹਾਸਕ ਯਾਦਗਾਰਾਂ ਸੀ, ਨਿਸ਼ਾਨੀਆਂ ਸੀ, ਉਹਨਾਂ ਨੂੰ ਅਸੀਂ ਹੂ ਬਹੂ ਸੰਭਾਲ ਕੇ ਰੱਖਦੇ। ਬਿਲਕੁਲ ਜੀ। ਜਿਹੜੀ ਸਾਡੀ ਨਵੀਂ ਲੋੜ ਆ ਅੱਜ ਦੇ ਹਿਸਾਬ ਦੇ ਨਾਲ, ਸੰਗਤ ਜ਼ਿਆਦਾ ਆਉਂਦੀ ਆ ਜਾਂ ਹੋਰ ਆਉਂਦੀ, ਉਹਦੇ ਲਈ ਨਵੇਂ ਦਰਬਾਰ ਹਾਲ, ਨਵੇਂ ਗੁਰੂ ਘਰ ਨੇ ਜਿਹੜੇ ਉਹਦੇ ਨਾਲ ਸਾਰੇ ਜਾ ਸਕਦੇ ਸੀ। ਪਰੰਤੂ ਕਿਉਂਕਿ ਜੇ ਅਸੀਂ ਦੇਖੀਏ ਕਿ ਇਹ ਜਿਹੜਾ ਕਾਰ ਸੇਵਾ ਦਾ ਆਰੰਭ ਹੋਇਆ ਵਾ ਉਹ ਜਿਹੜੇ ਸੰਤ ਜਾਂ ਡੇਰੇਵਾਦ ਵਾਲੀ ਜਿਹੜੀ ਗੱਲ ਜਿਸ ਪਾਸੇ ਨੂੰ ਤੁਰਦੀ ਸੀ ਉਸ ਪਾਸਿਓਂ ਸ਼ੁਰੂ ਹੋਇਆ। ਸੋ ਇਹਨਾਂ ਗੱਲਾਂ ਵੱਲ ਸ਼ਾਇਦ ਨਾ ਤਾਂ ਕੌਮ ਨੇ ਗੰਭੀਰਤਾ ਨਾਲ ਧਿਆਨ ਦਿੱਤਾ ਅਤੇ ਨਾ ਕਾਰ ਸੇਵਾ ਵਾਲੇ ਬਾਬਿਆਂ ਨੇ ਕਦੇ ਇਹ ਸੋਚਿਆ ਕਿ ਇਹ ਜੋ ਕੁਝ ਅਸੀਂ ਕਰ ਰਹੇ ਹਾਂ ਇਹਦਾ ਕੌਮ ਨੂੰ ਨੁਕਸਾਨ ਕਿੰਨਾ ਵੱਡਾ ਹੋ ਰਿਹਾ। ਉਸ ਪਾਸੇ ਨੂੰ ਤਾਂ ਕਿਸੇ ਨੇ ਸੋਚਿਆ ਹੀ ਨਹੀਂ। ਜਿਵੇਂ ਕਿ ਆਪਾਂ ਦੇਖਿਆ ਜਾਵੇ ਤਾਂ ਮਾਛੀਵਾੜਾ ਸਾਹਿਬ ਵਿੱਚ ਗੁਰਦੁਆਰਾ ਚਵਾਰਾ ਸਾਹਿਬ ਆ, ਜਿੱਥੇ ਗੁਰੂ ਸਾਹਿਬ ਨੇ ਇੱਕ ਰਾਤ ਉੱਥੇ ਗੁਜ਼ਾਰੀ, ਔਰ ਇਸੇ ਤਰ੍ਹਾਂ ਹੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਮਰਿੰਡੇ ਦੇ ਵਿੱਚ ਜਦੋਂ ਉਹਨਾਂ ਨੂੰ ਗੰਗੂ ਬ੍ਰਾਹਮਣ ਨੇ ਦੇਖੋ ਫੜਾਇਆ ਮੁਗਲਾਂ ਦੇ ਕੋਲ, ਅਤੇ ਉੱਥੇ ਜੇਲ੍ਹ ਡਿਪਾਰਟਮੈਂਟ ਨੇ ਭਾਵੇਂ ਉਹ ਜਗ੍ਹਾ ਸੰਭਾਲ ਕੇ ਰੱਖਿਆ ਉਹ ਸਥਾਨ, ਔਰ ਪਿਛਲੇ ਦੋ ਤਿੰਨ ਸਾਲ ਪਹਿਲਾਂ ਉਹਨਾਂ ਨੇ ਉਹ ਹੁਣ ਸ਼੍ਰੋਮਣੀ ਕਮੇਟੀ ਨੂੰ ਸੰਭਾਲਿਆ ਅਤੇ ਉੱਥੇ ਗੁਰਦੁਆਰਾ ਸਾਹਿਬ ਉਸਾਰਿਆ ਜਾ ਰਿਹਾ, ਔਰ ਜਿਹੜੀ ਉਹ ਜੇਲ੍ਹ ਆ ਉਹਨਾਂ ਨੇ ਉਸੇ ਤਰ੍ਹਾਂ ਹੀ ਜਿਉਂ ਦੀ ਤੋਂ ਸੰਭਾਲ ਕੇ ਰੱਖੀ ਆ। ਪਰ ਫਿਰ ਵੀ ਬਹੁਤ ਸਾਰੇ ਜਿਹੜੇ ਸਥਾਨ ਨੇ ਉਹ ਮੈਂ ਸਮਝਦਾ ਵੀ ਨੁਕਸਾਨ ਨਹੀਂ ਕਹਿ ਰਹੇ, ਔਰ ਸਿੱਖ ਸਮਾਜ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਿਆ। ਸੋ ਜਿਹੜੀ ਅੱਜ ਦੀ ਸਾਡੇ ਕੋਲ ਖਬਰ ਹੈ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਬਾਬਾ ਦੀਪ ਸਿੰਘ ਸਮੇਂ ਦਾ ਜਿਹੜਾ ਭੋਰਾ ਹੈ ਉਹਨੂੰ ਹੁਣ ਕਾਰ ਸੇਵਾ ਵਾਲੇ ਬਾਬੇ ਨੇ ਜਿਹੜੇ ਉਹ ਢਾਉਣ ਦੀਆਂ ਤਿਆਰੀਆਂ ਕਰ ਰਹੇ ਨੇ। ਇਹ ਜਿਹੜਾ ਦੋਸ਼ ਆ ਜਿਹੜੇ ਇਸ ਵੇਲੇ ਮਤਲਬ ਸਾਬਕਾ ਹੋ ਚੁੱਕੇ ਨੇ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਜਿਹੜੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਲੰਬਾ ਸਮਾਂ ਇੱਕ ਦਹਾਕੇ ਤੱਕ ਜਥੇਦਾਰ ਰਹੇ ਨੇ, ਉਹਨਾਂ ਨੇ ਇਹ ਦੋਸ਼ ਲਾਇਆ ਕਿ ਕਾਰ ਸੇਵਾ ਵਾਲੇ ਬਾਬਾ ਸੰਤ ਜੈਬ ਸਿੰਘ ਨੂੰ ਉਹਦੀ ਭੋਰੇ ਦੀ ਕਾਰ ਸੇਵਾ ਜਿਹੜੀ ਉਹ ਸੌਂਪੀ ਜਾ ਰਹੀ ਹੈ ਅਤੇ ਉਹ ਉਹਨੂੰ ਭੋਰੇ ਨੂੰ ਢਾਉਣ ਦੀਆਂ ਤਿਆਰੀਆਂ 'ਚ ਨੇ। ਸੋ ਭਾਵੇਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ
ਕੀਤਾ ਗਿਆ, ਪਰੰਤੂ ਕਿਤੇ ਨਾ ਕਿਤੇ ਜਿਹੜਾ ਉਸ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ, ਉਹਨੇ ਇਹ ਗੱਲ ਜ਼ਰੂਰ ਪ੍ਰਵਾਨ ਕੀਤੀ ਆ ਕਿ ਜਿਹੜੀਆਂ ਭੋਰਾ ਸਾਹਿਬ ਦੀਆਂ ਉੱਪਰਲੀਆਂ ਛੱਤਾਂ ਨੇ ਉਹ ਝੋਣ ਲੱਗ ਪਈਆਂ ਨੇ, ਉਹਨਾਂ ਦੇ ਵਿੱਚ ਜਿਹੜੀ ਸੇਮ ਆ ਉਹ ਆਉਣ ਲੱਗ ਪਈ ਆ, ਇਸ ਕਾਰਨ ਉਹਦੀ ਅਸੀਂ ਮੁਰੰਮਤ ਕਰਾਂਗੇ। ਮਤਲਬ ਕਿਤੇ ਨਾ ਕਿਤੇ ਉਹਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਵਾ ਕਿ ਉਹ ਭੋਰਾ ਸਾਹਿਬ ਆ ਜਿਹੜਾ ਉਹਦੀ ਜਿਹੜੀ ਜਾਂ ਉਹਨੂੰ ਢਾਇਆ ਜਾਣਾ ਵਾ ਜਾਂ ਉਹਦੀ ਮੋੜ ਸਾਰੀ ਆ ਜਿਹੜੀ ਇਸ ਪਾਸੇ ਨੂੰ ਕੋਈ ਨਾ ਕੋਈ ਗੱਲ ਆ ਜਿਹੜੀ ਉਹ ਚੱਲ ਰਹੀ ਆ। ਸੋ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਦੇਖੀਏ ਕਿ ਸਾਡੇ ਕੋਲ ਹੁਣ ਇਤਿਹਾਸਿਕ ਨਿਸ਼ਾਨੀਆਂ ਬਚੀਆਂ ਕਿੰਨੀਆਂ ਕੁ ਨੇ। ਸੋ ਮੈਂ ਇਸ ਗੱਲ ਵੱਲ, ਕਿਉਂਕਿ ਜੇ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਹੋਰਾਂ ਨੇ ਇਹ ਮੁੱਦੇ ਨੂੰ ਚੁੱਕਿਆ ਵਾ ਤਾਂ ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਸਪੱਸ਼ਟ ਰੂਪ ਦੇ ਵਿੱਚ ਆਪਣਾ ਜਿਹੜਾ ਸਪੱਸ਼ਟੀਕਰਨ ਆ ਕਿ ਹਕੀਕਤ ਕੀ ਆ, ਕਿ ਜੇ ਸ਼੍ਰੋਮਣੀ ਕਮੇਟੀ ਇਸ ਪਾਸੇ ਨਹੀਂ ਤੁਰਦੀ ਉਹ ਸਪੱਸ਼ਟ ਕਰੇ ਕਿ ਭੋਰਾ ਸਾਹਿਬ ਨੂੰ ਕੋਈ ਵੀ ਆਂਚ ਆ ਜਿਹੜੀ ਉਹਦੀ ਜਿਹੜੀ ਉਹਦੀ ਪੁਰਾਤਨ ਦੇਖਾ ਉਹਨੂੰ ਕੋਈ ਵੀ ਆਂਚ ਆ ਜਿਹੜੀ ਉਹ ਨਹੀਂ ਆਉਣ ਦਿੱਤੀ ਜਾਊਗੀ, ਇਹਦੇ ਨਾਲ ਮਸਲਾ ਵਾ ਜਿਹੜਾ ਉਹ ਖਤਮ ਹੁੰਦਾ। ਪਰੰਤੂ ਜੇ ਸ਼੍ਰੋਮਣੀ ਕਮੇਟੀ ਚੁੱਪ ਵੱਟ ਕੇ ਰੱਖਦੀ ਆ ਤਾਂ ਇਹਦਾ ਮਤਲਬ ਦਾਤ ਦੇ ਵਿੱਚ ਕੋਈ ਨਾ ਕੋਈ ਗੱਲ ਆ ਜਿਹੜੀ ਉਹ ਕਾਲਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇਹ ਮੁੱਦਾ ਵਾ, ਇਹ ਕਿਉਂਕਿ ਸਾਡੀ ਵਿਰਾਸਤ ਨਾਲ ਜੁੜਿਆ ਮੁੱਦਾ ਵਾ, ਆਉਣ ਵਾਲੇ ਦਿਨਾਂ 'ਚ ਇਹ ਪਹੂਗਾ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਰੁੱਖ ਆ ਜਿਹੜਾ ਉਹ ਸਪੱਸ਼ਟ ਕਰਨਾ ਪਊਗਾ। ਅਤੇ ਜਿਹੜੀ ਅਸੀਂ ਗੱਲ ਵਾਰ ਵਾਰ ਕੀਤੀ ਆ ਕਿ ਜਿੰਨੀਆਂ ਵੀ ਸਾਡੇ ਕੋਲ ਪੁਰਾਤਨ ਇਤਿਹਾਸਿਕ ਨਿਸ਼ਾਨੀਆਂ ਨੇ, ਯਾਦਗਾਰਾਂ ਨੇ, ਉਹਨਾਂ ਨੂੰ ਸੰਭਾਲ ਕੇ ਰੱਖਣਾ ਬੇਹੱਦ ਜ਼ਰੂਰੀ ਆ, ਬੇਹੱਦ ਜ਼ਰੂਰੀ ਆ। ਜੇ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ, ਜੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਉਸ ਭਾਵਨਾ ਨਾਲ ਜੋੜ ਕੇ ਰੱਖਣਾ ਚਾਹੁੰਦੇ ਹਾਂ ਜਿਹੜੀ ਭਾਵਨਾ ਸਿੱਖ ਦੇ ਮਨ ਵਿੱਚ ਹੋਣੀ ਚਾਹੀਦੀ ਆ, ਫਿਰ ਇਹ ਇਤਿਹਾਸਿਕ ਯਾਦਗਾਰਾਂ ਨਿਸ਼ਾਨੀਆਂ ਸਾਡੇ ਲਈ ਬਹੁਤ ਜ਼ਰੂਰੀ ਨੇ, ਬਹੁਤ ਜ਼ਰੂਰੀ। ਬਿਲਕੁਲ ਜ਼ਰੂਰੀ ਨਹੀਂ, ਜਿਵੇਂ ਕਿ ਆਪਾਂ ਦੇਖਦੇ ਹਾਂ ਬਟਾਲੇ ਦੇ ਵਿੱਚ ਕੱਚੀ ਕੰਧ, ਜਿੱਥੇ ਗੁਰੂ ਸਾਹਿਬ ਉੱਥੇ ਵਿਆਹੁਣ ਲਈ ਢੁੱਕੇ ਸੀ, ਅਤੇ ਅੱਜ ਤੱਕ ਉਹ ਬਟਾਲਾ ਨਿਵਾਸੀਆਂ ਨੇ ਨਿੱਜੀ ਤੌਰ 'ਤੇ ਉਹ ਜਿਹੜੀ ਆਪਣੇ ਤੌਰ 'ਤੇ ਪ੍ਰਬੰਧ ਕਰਕੇ ਉਸ ਕੱਚੀ ਕੰਧ ਨੂੰ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ, ਉਹਦੇ ਵਿੱਚ ਸ਼ੀਸ਼ੇ ਵਿੱਚ ਮੜ ਕੇ ਰੱਖਿਆ ਹੋਇਆ ਉਹਨਾਂ ਨੂੰ ਉਸ ਕੰਧ ਨੂੰ, ਆਲੇ ਦੁਆਲੇ ਸ਼ੀਸ਼ਾ ਲਾਇਆ। ਔਰ ਮੈਂ ਸਮਝਦਾ ਵੀ ਸਾਰੀਆਂ ਸਿੱਖ ਸੰਗਤਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਆਪਣੇ ਤੌਰ 'ਤੇ ਵੀ ਇਹ ਕਾਰਸੇ ਵਾਲੇ ਬਾਬਿਆਂ ਤੋਂ ਇਹ ਸਥਾਨਾਂ ਨੂੰ ਬਚਾਉਣਾ ਚਾਹੀਦਾ ਵਾ। ਇਹ ਸਭ ਅਗਲੀ ਜਿਹੜੀ ਖਬਰ ਆ ਬੜੀ ਦਿਲ ਹਿਲਾਉਣ ਵਾਲੀ ਖਬਰ ਆ, ਮੈਂ ਸਮਝਦਾ ਕਿ ਸ਼ਡਿਊਲ ਐਚ ਡਰੱਗਸ ਜਿਹੜੀਆਂ ਨੇ ਬਹੁਤ ਜ਼ਰੂਰੀ ਜਿਹੜੀਆਂ ਦਵਾਈਆਂ ਗਿਣੀਆਂ ਜਾਂਦੀਆਂ ਨੇ, ਸ਼ਡਿਊਲ ਐਚ ਕਹਿੰਦੇ ਨੇ ਉਹਨਾਂ ਨੂੰ, ਉਹ 509 ਦਵਾਈਆਂ ਦੀ ਜਿਹੜੀ ਆ ਕੀਮਤਾਂ ਨੇ, ਭਾਵੇਂ ਕਿ ਉਹ ਜ਼ਰੂਰੀ ਵਸਤਾਂ ਦੇ ਵਿੱਚ ਆਉਂਦੀਆਂ ਨੇ ਦਵਾਈਆਂ ਦੇ ਵਿੱਚ, ਉਹਨਾਂ ਦੀ ਕੀਮਤ ਘੱਟ ਰੱਖੀ ਜਾਂਦੀ ਆ, ਪਰ ਹੁਣ ਇੱਕ ਫੈਸਲੇ ਦੇ ਕਰਕੇ ਉਹਨਾਂ ਦੀ ਕੀਮਤ ਆ ਉਹਦੇ ਵਿੱਚ ਕਾਫੀ ਸਾਰਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ, ਜਦਕਿ ਦਵਾਈਆਂ ਤਾਂ ਪਹਿਲਾਂ ਹੀ ਬਹੁਤ ਮਹਿੰਗੀਆਂ ਨੇ, ਗਰੀਬ ਆਦਮੀ ਦੀ ਪਹੁੰਚ ਬਾਹਰ ਹੁੰਦੀਆਂ ਜਾਂਦੀਆਂ ਨੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਪਰਮਜੀਤ ਸਿੰਘ ਜੀ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਆ ਕਿ ਇਹ ਜਿਹੜੀਆਂ ਸਿਹਤ ਸਹੂਲਤਾਂ ਨੇ ਚਾਹੇ ਸਿੱਖਿਆ ਸਹੂਲਤਾਂ ਨੇ, ਜਿਹੜੀ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਅਤੇ ਸਿੱਖਿਆ ਸਹੂਲਤਾਂ ਸਹੀ ਨਹੀਂ ਦੇ ਸਕਦੀ, ਉਸ ਨੂੰ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ। ਪਰੰਤੂ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅੰਨੀ ਪੀਂਦੀ ਆ ਅਤੇ ਕੁੱਤੇ ਚੱਟਦੇ ਨੇ, ਉਹ ਮਾਹੌਲ ਆ ਜਿਹੜਾ ਉਹ ਨਿਰੰਤਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਣਿਆ ਹੋਇਆ ਅਤੇ ਨਿਰੰਤਰ ਉਹ ਚੱਲ ਰਿਹਾ, ਅਤੇ ਇਹ ਜਿਹੜੀ ਹੁਣ ਸਾਡੇ ਸਾਹਮਣੇ ਆਈ ਆ, ਭਾਵੇਂ ਕਿ ਹਰ ਸਾਲ ਹੁੰਦਾ ਕਿ ਜਿਹੜੀਆਂ ਦਵਾਈਆਂ ਦੀਆਂ ਕੀਮਤਾਂ ਨੇ ਉਹਨਾਂ ਨੂੰ ਬਾਜ਼ਾਰੀ ਕੀਮਤ ਦੇ ਨਾਲ ਹਰ ਸਾਲ ਉਹਦੇ 'ਚ ਵਾਧਾ ਜਿਹੜਾ ਉਹ ਕੀਤਾ ਜਾਂਦਾ ਕਿ ਇਹਦੇ ਇਹਨਾਂ ਦਵਾਈਆਂ ਦੀ ਵਿਕਰੀ 'ਚ ਕਿੰਨਾ ਵਾਧਾ ਹੋਇਆ ਉਹਦੇ ਹਿਸਾਬ ਦੇ ਨਾਲ ਉਹਦੇ 'ਚ ਵਾਧਾ ਕੀਤਾ ਜਾਂਦਾ। ਹੁਣ ਵੀ ਇਹਨਾਂ ਨੇ 500 ਜਿਹੜੀਆਂ 9 ਦਵਾਈਆਂ ਨੇ ਉਹਨਾਂ 'ਚ 3.82% ਦਾ ਵਾਧਾ ਕੀਤਾ, ਠੀਕ ਹੈ ਜੀ। ਪਰੰਤੂ ਜਿਹੜੀ ਅਗਲੀ ਗੱਲ ਇਹ ਆ ਕਿ ਇਹਨਾਂ ਦੇ ਵਿੱਚ ਜਿਹੜੀਆਂ ਉਹ ਦਵਾਈਆਂ ਨੇ ਜਿਹੜੀਆਂ ਮਤਲਬ ਬੜੇ ਭਿਆਨਕ ਰੋਗ ਰੋਕਣ ਵਾਲੀਆਂ ਨੇ, ਜਿਹੜੀ ਮਤਲਬ ਸਹੀ ਮਹੀਨਿਆਂ 'ਚ ਮੌਤ ਨੂੰ ਰੋਕਣ ਵਾਲੀਆਂ ਦਵਾਈਆਂ ਨੇ, ਉਹ ਵੀ ਸ਼ਾਮਲ ਨੇ, ਚਾਹੇ ਉਹ ਕੈਂਸਰ ਦੀ ਦਵਾਈ ਆ, ਚਾਹੇ ਉਹ ਹੈਪੇਟਾਈਟਿਸ ਬੀ ਅਤੇ ਸੀ ਦੀ ਦਵਾਈ ਆ। ਅੱਜ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਪੰਜਾਬ ਆ ਜਿਹੜਾ ਖਾਸ ਕਰਕੇ ਮਾਲਵਾ ਬੈਲਟ ਆ ਜਿਹੜੀ ਸਾਡੀ ਪੰਜਾਬ ਦੀ ਕਾਟਨ ਪੱਟੀ ਆ ਜਿਹੜੀ ਉਹ ਕੈਂਸਰ ਅਤੇ ਕਾਲੇ ਪੀਲੀਏ ਦੀ ਪੂਰੀ ਤਰ੍ਹਾਂ ਅਜਗਰੀ ਜਕੜ ਆ ਜਿਹੜੀ ਮੌਤ ਦੀ ਜਕੜ ਆ ਉਹਦੇ 'ਚ ਆਈ ਹੋਈ ਆ। ਅਤੇ ਅਸੀਂ ਇਸ ਬਾਰੇ ਅੱਗੇ ਚਰਚਾ ਵੀ ਕੀਤੀ ਸੀ ਕਿ ਰੋਜ਼ਾਨਾ 4 ਦਿਨਾਂ ਦੇ ਵਿੱਚ 30 ਮੌਤਾਂ ਨੇ ਜਿਹੜੀਆਂ ਇਹਦੇ ਇਹਨਾਂ ਦੋਨਾਂ ਬਿਮਾਰੀਆਂ ਕਾਰਨ ਹੋ ਰਹੀਆਂ ਨੇ। ਜਦੋਂ ਮਤਲਬ ਕਾਲੇ ਪੀਲੀਏ ਅਤੇ ਕੈਂਸਰ ਦਾ ਸਾਡੇ ਸੂਬੇ 'ਤੇ ਇੰਨਾ ਭਿਆਨਕ ਹਮਲਾ ਹੋਇਆ ਹੋਇਆ ਅਤੇ ਉਸ ਮੌਕੇ ਜੇ ਦੇ ਸਾਡੀ ਸਰਕਾਰ ਆ ਜਿਹੜੀ ਇਹ ਬਿਮਾਰੀਆਂ ਨੂੰ ਰੋਕਣ ਲਈ, ਇਹ ਬਿਮਾਰੀਆਂ ਕਾਰਨ ਆ ਰਹੀ ਮੌਤ ਨੂੰ ਰੋਕਣ ਲਈ ਦਵਾਈਆਂ ਮਹਿੰਗੀਆਂ ਕਰਦੀ ਆ, ਤਾਂ ਫਿਰ ਉਹਨੂੰ ਅਸੀਂ ਗਰੀਬਾਂ ਦੀ, ਮਰੀਜ਼ਾਂ ਦੀ ਅਤੇ ਲੋਕਾਂ ਦੀ ਹਮਦਰਦ ਸਰਕਾਰ ਕਿਵੇਂ ਕਹਿ ਸਕਦੇ ਹਾਂ? ਬਿਲਕੁਲ ਦੁਰਸਤ ਹੈ ਤੁਹਾਡੀ ਗੱਲ ਇਹ ਵੀ, ਔਰ ਸਰਕਾਰ ਨੂੰ ਇਸ ਪਾਸੇ ਜ਼ਰੂਰ ਨਜ਼ਰਸਾਨੀ ਕਰਨੀ ਚਾਹੀਦੀ ਆ। ਔਰ ਪਹਿਲਾਂ ਹੀ ਦੇਖੋ ਦਵਾਈਆਂ ਵਾਲੇ ਪਾਸੇ ਤਾਂ ਦੇਖੋ ਪਹਿਲਾਂ ਹੀ ਕਿੱਡੀ ਕਾਲਾ ਬਜ਼ਾਰੀ ਆ, ਕਿੱਡੀ ਲੁੱਟ ਆ, ਇੱਕ ਵੈਸੇ ਜਨਰਲ ਦਵਾਈਆਂ ਨੇ, ਇੱਕ ਪਾਸੇ ਪੇਟੈਂਟ ਦਵਾਈਆਂ ਨੇ, ਉਹਨਾਂ ਦੇ ਕੀਮਤਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ।
ਤੇ ਦਵਾਈਆਂ ਨੇ ਜਿਹੜੀਆਂ ਉਹ ਜਿਹੜੀਆਂ ਲਿਖੀਆਂ ਜਾਂਦੀਆਂ ਨੇ ਡਾਕਟਰਾਂ ਵੱਲੋਂ ਉਹਦੇ ਵਿੱਚ ਕਿੰਨੀ 40-60% ਤੱਕ ਕਮਿਸ਼ਨ ਆ ਤੇ ਉਹ ਤੁਹਾਨੂੰ ਮਿਲਣੀਆਂ ਵੀ ਉੱਥੋਂ ਹੀ ਨੇ ਜਿੱਥੇ ਜਿਹੜੀ ਉਹ ਦੁਕਾਨ ਉਸ ਡਾਕਟਰ ਦੇ ਨੇੜੇ ਆ ਜਿਹੜੀ ਦੁਕਾਨ ਉਸ ਹਸਪਤਾਲ ਦੇ ਨੇੜੇ ਆ ਉਹ ਮਿਲਣੀਆਂ ਵੀ ਉੱਥੋਂ ਹੀ ਹੈ। ਸੋ ਪਹਿਲਾਂ ਹੀ ਇਸ ਪਾਸੇ ਜਿਹੜੀ ਦਵਾਈਆਂ ਵਾਲੇ ਪਾਸੇ ਆ ਜਿਹੜਾ ਆਮ ਗਰੀਬ ਮਰੀਜ਼ ਆ ਉਹਦੀ ਬਹੁਤ ਵੱਡੀ ਲੁੱਟ ਆ ਪਹਿਲਾਂ ਹੀ ਹੋ ਰਹੀ ਆ ਜਿਹਨੂੰ ਸਰਕਾਰ ਰੋਕਣ ਵਾਲੇ ਪਾਸੇ ਤੁਰੀ ਨਹੀਂ। ਪਰੰਤੂ ਦੂਜਾ ਹੁਣ ਅਗਲਾ ਕਦਮ ਆ ਕਿ ਦਵਾਈਆਂ ਦੀਆਂ ਕੀਮਤਾਂ ਨੇ ਖਾਸ ਕਰਕੇ ਉਹ ਜਿਹੜੀਆਂ ਬੇਹੱਦ ਜ਼ਰੂਰੀ ਕਿ ਦਵਾਈਆਂ ਨੇ ਉਹਨਾਂ ਦੀਆਂ ਕੀਮਤਾਂ 'ਚ ਵੀ ਸਰਕਾਰ ਨੇ ਵਾਧਾ ਕਰਤਾ। ਸੋ ਮੈਂ ਜਿਹੜੀ ਪਹਿਲਾਂ ਹੀ ਗੱਲ ਕੀਤੀ ਆ ਕਿ ਜਿਹੜੀ ਸਰਕਾਰ ਆਪਣੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਅਤੇ ਸਿੱਖਿਆ ਸਹੂਲਤਾਂ ਨਹੀਂ ਦੇ ਸਕਦੀ, ਉਸ ਨੂੰ ਅਸੀਂ ਕਿਸੇ ਵੀ ਕੀਮਤ 'ਤੇ ਲੋਕਾਂ ਦੀ ਸਰਕਾਰ ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ। ਬਿਲਕੁਲ ਠੀਕ ਹੈ ਜੀ। ਜਿਹੜਾ ਸਭ ਅਗਲੀ ਜਿਹੜੀ ਖਬਰ ਆ ਉਹ ਜਸਦਾਰ ਬਲਵੰਤ ਸਿੰਘ ਆਨੰਦਗੜ੍ਹ ਉਹਨਾਂ ਨਾਲ ਜੁੜੀ ਹੋਈ ਆ ਕਿ ਉਹਨਾਂ ਨੇ ਆਪਣੀ ਨਿਯੁਕਤੀ ਅਤੇ ਬਰਖਾਸਤੀ ਜਿਹੜੀ ਉਹਨਾਂ ਨੇ ਬਰਖਾਸਤ ਦੀ ਚੋਣ ਕੁੰਡੀ ਕੀਤੀ ਉਹਨਾਂ ਦੀ, ਉਹਦੇ ਵਿਰੁੱਧ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੋਈ ਆ ਔਰ ਉਸ ਪਟੀਸ਼ਨ ਦੇ ਜਵਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਦਿੱਤਾ ਗਿਆ ਔਰ ਉਹਦਾ ਜਿਹੜਾ ਜਵਾਬ ਆ ਉਹ 4 ਅਗਸਤ ਤੱਕ ਮੰਗਿਆ ਹਾਈ ਕੋਰਟ ਨੇ, ਅਤੇ ਇਸ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖੋ? ਦੇਖੋ ਜਦੋਂ ਜਸਦਾਰ ਆਨੰਦਗੜ੍ਹ ਸਾਹਿਬ ਦੇ ਜਿਹੜੇ ਉਹਨਾਂ ਦਾ ਨਿੱਜੀ PA ਆ ਉਹਦੇ ਵੱਲੋਂ ਇਸ ਸੰਬੰਧੀ ਇੱਕ ਹਾਈ ਕੋਰਟ 'ਚ ਅਗਾਂਹ ਹੀ ਰਿਟ ਪਾਈ ਗਈ ਸੀ ਕਿ ਆਉਣ ਵਾਲੇ ਦਿਨਾਂ 'ਚ ਜਸਦਾਰ ਆਨੰਦਗੜ੍ਹ ਸਾਹਿਬ ਦੀ ਬਰਖਾਸਤਗੀ ਆ ਜਿਹੜੀ ਉਹਦੀ ਉਮੀਦ ਕੀਤੀ ਜਾ ਰਹੀ ਆ, ਅਤੇ ਉਸ ਤੋਂ ਬਾਅਦ ਜਦੋਂ ਬਰਖਾਸਤਗੀ ਹੋ ਗਈ ਉਹਨਾਂ ਨੂੰ ਸੇਵਾ ਮੁਕਤ ਕਰਤਾ, ਉਹ ਤੋਂ ਬਾਅਦ ਜਿਹੜੀ ਉਹ ਪਾਈ ਗਈ ਪਟੀਸ਼ਨ ਹਾਈ ਕੋਰਟ ਦੇ ਵਿੱਚ। ਪਹਿਲੀ ਗੱਲ ਤਾਂ ਇਹ ਆ ਕਿ ਸਾਡੀ ਕੌਮ ਦੇ ਲਈ ਇਹ ਬਹੁਤ ਵੱਡੀ ਤਰਾਸਦੀ ਆ ਅਤੇ ਸ਼ਰਮ ਵਾਲੀ ਗੱਲ ਵੀ ਆ ਕਿ ਅਸੀਂ ਜਿਹੜੀ ਸਾਡੇ ਜਿਹੜੇ ਅਸੀਂ ਆਪਣੇ ਸਭ ਤੋਂ ਉੱਚੇ ਧਾਰਮਿਕ ਆਗੂ ਮੰਨਦੇ ਹਾਂ ਉਹ ਅਦਾਲਤਾਂ 'ਚ ਰੁਲਦੇ ਫਿਰਨ, ਉਹਨਾਂ ਨੂੰ ਅਦਾਲਤਾਂ 'ਚ ਆਵਾਜ਼ਾਂ ਪੈਣ। ਸੋ ਇੱਕ ਪਾਸੇ ਸਾਡੀ ਸ਼੍ਰੋਮਣੀ ਕਮੇਟੀ ਆ ਉਹ ਅਦਾਲਤ ਦੀ ਜੇਬ 'ਚ ਆ, ਦੂਜੇ ਪਾਸੇ ਸਿੱਖ ਕੌਣ ਹੋਊਗਾ ਸਿੱਖ ਦੀ ਪਰਿਭਾਸ਼ਾ ਉਹ ਵੀ ਅਦਾਲਤ ਦੀ ਜੇਬ 'ਚ ਆ, ਤੀਜੇ ਪਾਸੇ ਸਾਡੇ ਜਥੇਦਾਰ ਨੇ ਅਸੀਂ ਉਹਨਾਂ ਨੂੰ ਹਟਾ ਦਈਏ ਜਾਂ ਲਾ ਦਈਏ ਉਹ ਵੀ ਅਦਾਲਤਾਂ ਦੀ ਜੇਬ 'ਚ ਆ। ਸੋ ਸਿੱਖ ਕੌਮ ਨੂੰ ਘੱਟੋ ਘੱਟ ਆਪਣੇ ਮਨਾਂ 'ਚ ਇਹ ਜ਼ਰੂਰ ਝਾਤੀ ਮਾਰਨੀ ਚਾਹੂਗੀ ਆਖਿਰ ਸਾਡੀ ਹੋਂਦ ਕਿੱਥੇ ਆ, ਬਿਲਕੁਲ ਕਿੱਥੇ ਖੜ੍ਹੇ ਹਾਂ ਅਸੀਂ, ਖੜ੍ਹੇ ਕਿੱਥੇ ਹਾਂ ਅਸੀਂ, ਸਿਰਫ ਅਦਾਲਤਾਂ ਦੇ ਰਹਿਮੋ ਕਰਨ ਵਾਲੇ ਅਤੇ ਮਤਲਬ ਆ ਗਏ ਹਾਂ। ਸੋ ਜਿਹੜੀ ਇਹ ਗੱਲ ਹੈ ਕਿ ਜਿਹੜਾ ਇਹ ਮਸਲਾ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਜਸਦਾਰ ਆਨੰਦਗੜ੍ਹ ਨੂੰ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਕੀਤਾ ਗਿਆ ਕਿਉਂਕਿ ਉਹ ਸੇਵਾ ਨਿਯਮ ਨੇ, ਗੱਲ ਇਹ ਸਾਫ ਹੋਈ ਹੈ ਨਾ ਕਿ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ। ਬਹੁਤ ਵੱਡਾ ਖੁਲਾਸਾ ਜੀ ਇਹ। ਹਾਂ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਅਤੇ ਮੁਲਾਜ਼ਮ ਦੇ ਲਈ ਸੇਵਾ ਨਿਯਮ ਹੁੰਦੇ ਨੇ ਅਤੇ ਉਹਨਾਂ ਸੇਵਾ ਨਿਯਮਾਂ ਦੇ ਅਨੁਸਾਰ ਹੀ ਉਹਨੂੰ ਹਟਾਇਆ ਜਾ ਸਕਦਾ ਵਾ, ਉਹਨਾਂ ਸੇਵਾ ਨਿਯਮਾਂ ਦੇ ਅਨੁਸਾਰ ਹੀ ਉਹਨੂੰ ਮੁਅੱਤਲ ਕੀਤਾ ਜਾ ਸਕਦਾ। ਸੋ ਇਸ ਆਧਾਰ 'ਤੇ ਇਹ ਜਿਹੜੀ ਰਿਟ ਪਟੀਸ਼ਨ ਆ ਉਹ ਹੋਈ ਆ ਅਤੇ ਹੁਣ ਅਦਾਲਤ ਨੇ ਸ਼੍ਰੋਮਣੀ ਕਮੇਟੀ ਤੋਂ ਇਹ ਮੰਗਿਆ ਕਿ ਦੱਸੋ ਤੁਹਾਡੇ ਜਿਹੜੇ ਜਥੇਦਾਰ ਨੂੰ ਸੇਵਾ 'ਤੇ ਲਾਉਣ ਦੇ ਕੀ ਨਿਯਮ ਨੇ, ਉਹਨਾਂ ਨੂੰ ਉਹਨੂੰ ਸੇਵਾ ਮੁਕਤ ਕਰਨ ਦੇ ਕੀ ਨਿਯਮ ਨੇ। ਸੋ ਇਹ ਜਿਹੜਾ ਹੁਣ ਸ਼੍ਰੋਮਣੀ ਕਮੇਟੀ ਤੋਂ ਜਵਾਬ ਮੰਗਿਆ। ਸੋ ਜਿਹੜਾ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਨਿਯੁਕਤੀ ਪੱਤਰ ਦਿੱਤਾ ਸੀਗਾ ਜਥੇਦਾਰ ਦਾ, ਜਿਹੜਾ ਪਹਿਲਾਂ ਸ਼੍ਰੋਮਣੀ ਅਦਾਲਤ ਨੇ ਮੰਗਿਆ ਸੀ ਕਿ ਨਿਯੁਕਤੀ ਪੱਤਰ ਆ ਜਿਹੜਾ ਉਹ ਦਿੱਤਾ ਜਾਵੇ, ਸੋ ਉਸ ਨਿਯੁਕਤੀ ਪੱਤਰ ਆ ਜਿਹੜਾ ਉਹ ਸਿਰਫ ਅਤੇ ਸਿਰਫ ਜਿਹੜੀ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਆ ਉਹਨੇ 4 ਲਾਈਨਾਂ ਲਿਖੀਆਂ ਹੋਈਆਂ ਕਿ ਫਲਾਣਾ ਫਲਾਣੇ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਜਾਂਦਾ, ਉਹਦੇ 'ਤੇ ਹੋਰ ਕੁਛ ਨਹੀਂ। ਸੋ ਹੁਣ ਅਦਾਲਤ ਨੇ ਸ਼੍ਰੋਮਣੀ ਕਮੇਟੀ ਤੋਂ ਇਹ ਮੰਗਿਆ ਕਿ ਸਾਨੂੰ ਇਹ ਦੱਸੋ ਕਿ ਤੁਸੀਂ ਕਿਹੜੇ ਨਿਯਮਾਂ ਅਨੁਸਾਰ ਇਹਨਾਂ ਨੂੰ ਜਥੇਦਾਰ ਥਾਪਿਆ ਅਤੇ ਕਿਹੜੇ ਨਿਯਮਾਂ ਅਨੁਸਾਰ ਇਹਨਾਂ ਨੂੰ ਜਥੇਦਾਰੀ ਤੋਂ ਲਾਂਭੇ ਕੀਤਾ। ਸੋ ਸ਼੍ਰੋਮਣੀ ਕਮੇਟੀ ਇਹਦਾ ਕੀ ਜਵਾਬ ਦਊਗੀ ਅਤੇ ਉਸ ਜਵਾਬ 'ਤੇ ਅਦਾਲਤ ਕੀ ਫੈਸਲਾ ਦਿੰਦੀ ਆ, ਇਹ ਤਾਂ ਹਾਲੇ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗ। ਇਹ ਸੱਚਮੁੱਚ ਦੁਖਦਾਈ ਗੱਲ ਆ ਕਿ ਸਿੱਖ ਕੌਮ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ, ਧਾਰਨਾ ਵਾ ਕਿ ਜੇ ਸਿੱਖ ਧਰਮ ਪ੍ਰਤੀ ਜਾਂ ਗੁਰਮਤਿ ਸਿਧਾਂਤ ਪ੍ਰਤੀ ਦਾ ਮਰਿਆਦਾ ਪ੍ਰਤੀ ਕੋਈ ਫੈਸਲਾ ਲੈਣਾ ਉਹ ਸਾਡੇ ਸਿੰਘ ਸਾਹਿਬਾਨ ਕਰਨਗੇ, 5 ਤਖਤਾਂ ਨੂੰ ਜਥੇਦਾਰ ਕਰਨਗੇ, ਜਦਕਿ ਜਥੇਦਾਰ ਨੂੰ ਆਪ ਨੂੰ ਇਨਸਾਫ ਲੈਣ ਵਾਸਤੇ ਅਦਾਲਤਾਂ ਦਾ ਸਹਾਰਾ ਲੈਣਾ ਪਿਆ। ਇਹ ਬਾਕੀ ਸਿੱਖ ਕੌਮ ਵਾਸਤੇ ਜਿਹੜੀ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵਾਸਤੇ। ਹਰਜੀਤ ਸਿੰਘ ਜੀ, ਮੈਂ ਮਤਲਬ ਇਸ ਗੱਲ 'ਚੋਂ ਜ਼ਰੂਰ ਚਾਹੁੰਦਾ ਕਿ ਕੌਮ ਨੂੰ ਘੱਟੋ ਘੱਟ ਇਹ ਅਹਿਸਾਸ ਜ਼ਰੂਰ ਕਰ ਲੈਣਾ ਚਾਹੀਦਾ ਕਿ ਅੱਜ ਜਦੋਂ ਇਹ ਗੱਲ ਸਾਡੇ ਸਾਹਮਣੇ ਆ ਗਈ ਆ, ਭਾਵੇਂ ਕਿ ਪਹਿਲਾਂ ਵੀ ਸਾਡੇ ਸਾਹਮਣੇ ਸੀ ਪਰ ਹੁਣ ਇਹ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆ ਗਈ ਆ ਕਿ ਸਾਡੇ ਇਹ ਜਿਹੜੇ ਜਥੇਦਾਰ ਸਾਹਿਬਾਨ ਨੇ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ। ਸੋ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਅਸੀਂ ਉਹਨਾਂ ਤੋਂ ਕੌਮ ਦੀ ਅਗਵਾਈ ਦੀ ਕੀ ਆਸ ਰੱਖਦੇ ਹਾਂ? ਸੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਆਜ਼ਾਦ ਪ੍ਰਭੂ ਸੱਤਾ ਦੀ ਗੱਲ ਕੀਤੀ ਜਾਂਦੀ ਆ ਕਿ ਜਿਹੜਾ ਜਥੇਦਾਰ ਆ ਉਹ ਕੌਮ ਚੁਣੇ, ਬਿਲਕੁਲ ਜੀ। ਸੋ ਇਹ ਹੁਣ ਮਤਲਬ ਸਮਾਂ ਆ ਗਿਆ ਕਿ ਕੌਮ ਨੂੰ ਇਸ ਪਾਸੇ ਸੋਚਣਾ ਪਊਗਾ, ਵਿਚਾਰਨਾ ਪਊਗਾ ਅਤੇ ਇਸ ਪਾਸੇ ਤੁਰਨਾ ਪਊਗਾ। ਇਹ ਬਿਲਕੁਲ ਸਰਬੱਤ ਖਾਲਸਾ ਬੁਲਾ ਕੇ ਜਾਂ ਜੋ ਵੀ ਹੈ ਇਹਦਾ ਇਸ ਬਾਰੇ ਫੈਸਲਾ ਹੋਣਾ ਚਾਹੀਦਾ।
अगली जी खबर है सब नानक शाह फकीर फिल्म बारे है कि यह फिल्म पिछले कुछ महीने कुछ दिनों तो बहुत वड्डी चर्चा का विषय बनी हुई है और कई अहम तत्व भी ये बारे सामने आए ने ते नवीं नवी परतं खुल रही ने ये बारे तो जबकि वो रिलीज होने का भी न समा नेड़े आ रहा तुम ये बारे कुछ जानकारी दो साडे दर्शकों को। परमजीत सिंह जी इस तो पहला भी एक मतलब प्रोग्राम आ जिहड़ा वो असी दर्शकों के लिए पेश किया जिदे विच जिहड़ा सतपाल सिंह हुरां ने हाई कोर्ट च रिट पाई है इस फिल्म के विरुद्ध उन्होंने जिहड़े हाई कोर्ट च सबूत पेश किए ने अपनी दलील अपनी रिट के हक च उन्हां दी भी असी चर्चा की आ ते दूसरा जिहड़ियां इस फिल्म बारे परतां खुल रही ने वो बड़िया हैरानीजनक भी ने ते किते ना किते शर्मनाक भी ने। मतलब फिल्म का जिहड़ा प्रोड्यूसर आ उन्हें यह दावा किया कि मैनू श्री अकाल तख्त साहब तो इस फिल्म नू दिखाउण दी रिलीज़ करन दी प्रवानगी आ जिहड़ी मिल गई ओहदे सबूत वजो उन्हें जथेदार ज्ञानी गुरबचन सिंह हुरां वल्लों एक 22 जनवरी 2015 नू जिहड़ा उहदे हक च चिट्ठी उन्होंने दी सीगी सारियां नू उन्हें विखाई आ कि जथेदार साहब ने मैनू इस फिल्म नू रिलीज़ करन दी प्रवानगी दे दी आ तो ये गल भी हम सामने आ गई कि फिल्म नू मतलब प्रवानगी देन तो पहला 22 जिहड़े साडे मेन सिख आगू ने जिन्हां विच जथेदार भी शामिल ने जिन्हां विच दमदमी टकसाल वाला बाबा हरनाम सिंह धुम्मा भी शामिल आ जिन्हां विच सुखबीर बादल भी शामिल आ जिन्हां विच होर अकाली दल के प्रमुख आगू ते धार्मिक आगू शामिल ने इन्हां सारिया बंदिया ने वो फिल्म आ जिहड़ी वो देखी आ। बिल्कुल परंतु किसी ने उस फिल्म बारे मूँह उदों तक नहीं खोलिया जदों तक इस बारे जिहड़े जागरूक सिख सी जिन्हां ने ये लभ्या कि आने वाले समय के साडे लिए फिल्म जिहड़ी किन्नी घातक हो सकती है जिन्हां नूं ये लग्या कि जिहड़ा ये सहा लंघन तो बाद पैहा पैना वो कौम लिए किन्ना घातक होगा सो ये जिहड़े साडे सामने सबूत आए ने कि गुरु साहब ने जिहड़े उन्हां नूं ओम तो रोशनी मिलती दिखाई गई है बीबे नानकी दे हाथ जो गाने बन्ने हुए ने ते ये दिखाया गया कि जिहड़ा सिख धर्म आ वो जिहड़े हिंदू धर्म के मेन केंद्र ने उत्थों निकलिया बस वो ये जिहड़ियां गल्लां ने ये उस तो भी अगे चली जांदियां ने जिहड़ियां असीं गुरु साहब के किरदार की गल करते हैं कि एक मनुख वल्लों मतलब वो किरदार निभाया गया मतलब उन्होंने सिख सिद्धांत सिखी की होंद नूं ही मतलब सीधा तो सीधा हिंदू धर्म नाल जोड़न की कोशिश की सो ये हुण जदों परतां साडे सामने खुल्लियां ने ते आउण वाले दिनां च होर परतां भी सामने आउणगियां कि साडे धार्मिक आगू क्यों खेड खेडदे ने भाई वड्डे आगू ने जिहड़े साडे ओह चाहे ओह राजसी आगू ने चाहे धार्मिक आगू ने उहनां ने फिल्म देखी परंतु किसी ने मूँह खोलण की कोशिश ही नहीं की जे उस वेले ही इस फिल्म बारे मतलब जिहड़ा जो कुछ भी उहदे विच गलत लग्गिया सी उहदे बारे गल की जाती तो अज ये पोजिशन ना होंगी सो असी बार बार इस बारे गल की सी कि इस फिल्म के लिए टीम क्यों नहीं बनाई जाती हूँ जी असलीयत वो साडे सामने आ रही है भी जो 22 बंदिया ने तो देख ली सी फिल्म। बिल्कुल जी बिल्कुल की कहें कि असी पहला फिल्म देखी हुई है तो हूँ असी टीम हूँ कहें मूँह ना अपनी टीम बना तो ये जी आने वाले दिनों क्योंकि फिल्म की रिलीज़ भी बहुत नेड़े आ गई है दूसरे पास हम कानूनी लड़ाई भी शुरू हो गई है तो इधर कौम वालों भी मतलब इस दे विरुद्ध एक मतलब मैं समझा कि एक झहैया जहा जिहड़ा कर लिया गया कि फिल्म आ जिहड़ी असी रिलीज़ नहीं होण देनी तो ये गल आने वाले दिनों किधर नूं जाऊगी तो की मोड लूगी ये तो हाले वेखण वाली गल आ परंतु जिस तरह परतां खुल रही ने वो बेहद हैरानीजनक। बिल्कुल ये समय की मुख मंग है जी कि श्रोमणी गुरुद्वारा प्रबंधक कमेटी को पंजाब सरकार को इस विषय से कोई पुख्ता फैसला जिहड़ा वा जल्दी तो जल्दी लेना चाहिए। इन्हां सब अज्ज दे इतिहास बारे साडे दर्शकों को कोई जानकारी दिओ। अजीत सिंह जी अज्ज दे इतिहास ते सानू मैं समझदा कि माण करन वाली गल भी आ कि जदों मीर मन्नू की मौत होई मीर मन्नू जिहदे बारे मतलब ये कि जिन्ना उन्हें सिखां ते जुलम किया जिन्ना उन्हें सिखा से तशद्दुद किया सिखा की होंद नूं मिटाउण सिखा दे सिरां दे फुल पाए 80-80 मोहरां ते इस जवाब च कहा गया मनू साडी दात्री असी मनू दे सोए जिवें जो मनू वढदा सी दून सवाए हुए सो उस मनू की मौत तो बाद अज दे दिन 10 अप्रैल 1754 नूं एक सिख कौम वालों सरबत खालसे तो बाद एक फैसला किया गया सी ते उस सरबत खालसे दे विच आके जिहड़े उस वेले दे व्यापारी सी जां जिहड़े उस वेले दे जिमीदार सी उन्होंने मतलब सिखा अगे हाथ जोड़ के बेनती की सी कि असी तुहानू मालिया देने लई तैयार हाँ ठीक है साडी राखी करो
ਸੋ ਅੱਜ ਮਤਲਬ ਬਹੁਤ ਇਤਿਹਾਸ ਦੀ ਇੱਕ ਵੱਡੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇਹ ਇਤਿਹਾਸ ਦੀ ਅਗਲੀ ਵੱਡੀ ਗੱਲ ਹੋਈ ਕਿ ਇਹ ਉਸ ਵੇਲੇ ਦੇ ਜਿਹੜੇ ਵੱਡੇ ਜ਼ਿਮੀਂਦਾਰ ਸੀਗੇ ਜਿਹੜੇ ਉਸ ਵੇਲੇ ਦੇ ਵੱਡੇ ਵਪਾਰੀ ਸੀ ਉਹਨਾਂ ਨੇ ਖੁਦ ਸਿੱਖਾਂ ਕੋਲ ਆ ਕੇ ਹੱਥ ਜੋੜ ਕੇ ਆਪਣੀ ਸੁਰੱਖਿਆ ਦੀ ਮੰਗ ਆ ਜਿਹੜੀ ਉਹ ਸਿੱਖਾਂ ਤੋਂ ਕੀਤੀ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਮਾਲੀਆ ਤੁਸੀਂ ਲਾਓਗੇ ਅਸੀਂ ਉਹ ਮਾਲੀਆ ਵਾ ਜਿਹੜਾ ਉਹ ਦੇਣ ਲਈ ਤਿਆਰ ਹਾਂ। ਦੂਸਰਾ ਅੱਜ ਦੇ ਦਿਨ ਇਸੇ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਜਿਹੜਾ ਅਸੀਂ ਜਾਣਦੇ ਹਾਂ ਕਿ ਉਹ ਹਮਲੇ ਕਰਦਾ ਸੀ ਉਹਨੇ ਹਮਲੇ ਕੀਤੇ ਆ 17 ਹਮਲੇ ਕੀਤੇ ਅਤੇ ਇੱਥੋਂ ਦੀਆਂ ਜਿਹੜੀਆਂ ਸੋਹਣੀਆਂ ਸੋਹਣੀਆਂ ਮਤਲਬ ਕੁੜੀਆਂ ਸਾਡੀਆਂ ਧੀਆਂ ਭੈਣਾਂ ਇਸ ਦੇਸ਼ ਦੀਆਂ ਸੀ ਉਹਨਾਂ ਨੂੰ ਲੈ ਕੇ ਬਸਰੇ 'ਚ ਜਾ ਕੇ ਵੇਚਿਆ ਜਾਂਦਾ ਸੀ। ਸੋ ਅੱਜ ਜਦੋਂ ਸਰਬੱਤ ਖਾਲਸਾ ਜੁੜਿਆ ਹੋਇਆ ਸੀ 10 ਅਪ੍ਰੈਲ 1761 ਨੂੰ ਜੱਛਾ ਸਿੰਘ ਆਹਲੂਵਾਲੀਆ ਦੀ ਅਗਵਾਈ ਦੇ ਵਿੱਚ ਅਤੇ ਉਸ ਵੇਲੇ ਜਿਹੜੇ ਉਹਨਾਂ ਧੀਆਂ ਭੈਣਾਂ ਦੇ ਮਾਪੇ ਸੀ ਜਿਨ੍ਹਾਂ ਦੀਆਂ 2200 ਧੀਆਂ ਭੈਣਾਂ ਨੂੰ ਅਹਿਮਦ ਸ਼ਾਹ ਅਬਦਾਲੀ ਜਿਹੜਾ ਬੰਨ ਕੇ ਬਸਰੇ ਲਈ ਲੈ ਕੇ ਜਾ ਰਿਹਾ ਸੀ ਉਹਨਾਂ ਨੇ ਆ ਕੇ ਖਾਲਸਾ ਪੰਥ ਕੋਲ ਬੇਨਤੀ ਕੀਤੀ ਸੀ ਕਿ ਸਾਡੀਆਂ ਧੀਆਂ ਭੈਣਾਂ ਨੇ ਜਿਹੜੀਆਂ ਉਹ ਅਹਿਮਦ ਸ਼ਾਹ ਅਬਦਾਲੀ ਲੈ ਕੇ ਜਾ ਰਿਹਾ ਉਹਨਾਂ ਨੂੰ ਛਡਾਇਆ ਜਾਵੇ। ਸੋ ਕੌਮ ਨੇ ਫੈਸਲਾ ਕੀਤਾ ਕਿ ਅਸੀਂ ਇਸ ਦੇ ਜਿਹੜੀਆਂ ਧੀਆਂ ਭੈਣਾਂ ਦੇ ਰਾਖੇ ਹਾਂ ਚਾਹੇ ਉਹਨਾਂ 'ਤੇ ਕੋਈ ਵੀ ਵਿਅਕਤੀ ਆ ਜਿਹੜਾ ਜ਼ੁਲਮ ਕਰਦਾ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਨੇ ਅਸੀਂ ਹਰ ਧੀ ਭੈਣ ਦੀ ਇੱਜ਼ਤ ਦੇ ਰਾਖੇ ਹਾਂ। ਅਤੇ ਉਸੇ ਵੇਲੇ ਫੈਸਲਾ ਹੋਇਆ ਸੀ ਕਿ ਅਹਿਮਦ ਸ਼ਾਹ ਅਬਦਾਲੀ 'ਤੇ ਹਮਲਾ ਕੀਤਾ ਜਾਵੇ ਅਤੇ ਉਹਨਾਂ ਧੀਆਂ ਭੈਣਾਂ ਨੂੰ ਵਾਪਸ ਲਿਆਂਦਾ ਜਾਵੇ। ਸੋ ਹਮਲਾ ਕਰਕੇ ਅਤੇ ਉਹ 2200 ਧੀਆਂ ਭੈਣਾਂ ਸੀ ਜਿਹੜੀਆਂ ਉਹਨਾਂ ਨੂੰ ਵਾਪਸ ਸਿੰਘਾਂ ਨੇ ਲਿਆਂਦਾ। ਉਹ ਇਹ ਗੱਲ ਆ ਜਿਹੜੀ ਕਿ ਅੱਜ ਦੇ ਦਿਨ ਉਹ ਬੇਨਤੀ ਹੋਈ ਸੀ ਅਤੇ ਸਿੰਘਾਂ ਨੇ ਮਤਲਬ ਜਿਹੜਾ ਸਿੱਖੀ ਸਿਧਾਂਤਾਂ ਅਨੁਸਾਰ ਇੱਕ ਫੈਸਲਾ ਲਿਆ ਸੀ ਕਿ ਹਰ ਧੀ ਭੈਣ ਦੀ ਰਾਖੀ ਕਰਨੀ ਸਿੱਖ ਦਾ ਫਰਜ਼ ਆ। ਸੋ ਬੜਾ ਜਿਹੜਾ ਸਾਨਾ ਮੱਤਾ ਸਾਡਾ ਇੱਕ ਸਿਧਾਂਤ ਹੈ ਜਿਹੜਾ ਦੁਨੀਆ ਸਾਹਮਣੇ ਸਿਰਜਿਆ ਗਿਆ ਉਹ ਅੱਜ ਦੇ ਦਿਨ ਉਹਦੀ ਜਿਹੜੀ ਚਮਕ ਆ ਜਿਹੜੀ ਉਹ ਹੋਰ ਦੁੱਗਣੀ ਤਿੱਗਣੀ ਚੌਗਣੀ ਹੋਈ ਸੀ। ਸੋ ਅਗਲੀ ਗੱਲ ਆ ਜਿਹੜੀ ਉਹ ਵੀ ਇਸੇ ਹੀ ਚੜ੍ਹਦੀ ਕਲਾ ਵਾਲੀ ਭਾਵਨਾ ਨਾਲ ਸੰਬੰਧਿਤ ਹੈ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਖਾਂ ਨੇ ਬੁਰੀ ਤਰ੍ਹਾਂ ਹਰਾ ਕੇ ਇਸ ਦੇਸ਼ 'ਚੋਂ ਖਦੇੜਤਾ ਅਤੇ ਉਹ ਇਸ ਗੱਲ ਨੂੰ ਪ੍ਰਵਾਨ ਕਰ ਗਿਆ ਸੀ ਕਿ ਮੇਰਾ ਹੁਣ ਮਤਲਬ ਇਹ ਜਿਹੜੇ ਸਿੱਖ ਨੇ ਉਹ ਇਸ ਦੇਸ਼ 'ਤੇ ਰਾਜ ਕਰਨਗੇ ਉਹਨੇ ਕਿਤੇ ਨਾ ਕਿਤੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਸੀ। ਅਤੇ ਅੱਜ 10 ਅਪ੍ਰੈਲ 1765 ਨੂੰ ਫਿਰ ਸਰਬੱਤ ਖਾਲਸਾ ਜੁੜਿਆ ਅਤੇ ਉਸ ਵੇਲੇ ਫੈਸਲਾ ਹੋਇਆ ਕਿ ਹੁਣ ਸਾਨੂੰ ਲਾਹੌਰ 'ਤੇ ਕਬਜ਼ਾ ਕਰ ਲੈਣਾ ਚਾਹੀਦਾ ਅਤੇ ਲਾਹੌਰ 'ਤੇ ਕਬਜ਼ੇ ਦਾ ਲਾਹੌਰ 'ਤੇ ਹਮਲਾ ਕਰਨ ਦਾ ਫੈਸਲਾ ਜਿਹੜਾ ਉਹ ਅੱਜ ਦੇ ਦਿਨ ਹੋਇਆ ਸੀ ਅਤੇ ਸਿੱਖਾਂ ਨੇ ਗੁਰਮਤਾ ਕਰਕੇ ਸਰਬੱਤ ਖਾਲਸੇ 'ਚ ਲਾਹੌਰ 'ਤੇ ਕਬਜ਼ਾ ਕੀਤਾ ਸੀ। ਅਗਲੀ ਗੱਲ ਜਿਹੜੀ ਅਸੀਂ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਕੀਤੀ ਆ ਕਿ ਜਦੋਂ ਸਾਡੇ ਪੰਜਾਬ ਦਾ ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ ਸੀ ਅਤੇ ਉਸ ਤੋਂ ਬਾਅਦ ਇੱਕ ਬੜਾ ਜ਼ਾਲਮ ਜਿਹੜਾ ਪੁਲਿਸ ਅਫਸਰ ਸੀ ਜਿਹੜਾ ਅੱਜ ਇਹ ਗੱਲ ਨੂੰ ਆਪ ਪ੍ਰਵਾਨ ਕਰ ਰਿਹਾ ਕਿ ਇਸ ਦੇਸ਼ ਦੇ ਜਿਹੜੇ ਹਿੰਦੂਵਾਦੀ ਲੋਕ ਨੇ ਉਹ ਇਸ ਦੇਸ਼ ਦੀਆਂ ਘੱਟ ਗਿਣਤੀਆਂ ਦੇ ਦੁਸ਼ਮਣ ਨੇ ਮੇਰੀ ਬਰਾਜ ਰਵੈਰੋ ਤੋਂ ਆ ਜਿਹਨੂੰ ਉਸ ਵੇਲੇ DGP ਲਾਇਆ ਸੀ। ਮੰਨਿਆ ਜਾਂਦਾ ਸੀ ਕਿ ਇਹ ਬਹੁਤ ਅੱਖੜ ਬਹੁਤ ਜ਼ਾਲਮ ਬਹੁਤ ਅਹੰਕਾਰੀ ਅਫਸਰ ਹੈ। ਸੋ ਜਿਹਨੇ ਆਉਂਦੇ ਨੇ ਇਹ ਐਲਾਨ ਕੀਤਾ ਸੀ ਅਤੇ 15 ਸਾਡੇ ਸਿੱਖ ਨੌਜਵਾਨ ਸੀ ਜਿਹੜੇ ਉਹਨੇ ਪਹਿਲੇ ਦਿਨ ਜਿਸ ਦਿਨ ਮਤਲਬ ਆਪਣਾ ਚਾਰਜ ਲਿਆ ਸੀ ਬਤੌਰ DGP ਪੰਜਾਬ ਪੁਲਿਸ ਦਾ ਪਹਿਲੇ ਦਿਨ ਹੀ ਉਹਨੇ 15 ਸਾਡੇ ਨੌਜਵਾਨ ਝੂਠੇ ਮੁਕਾਬਲਿਆਂ 'ਚ ਮਾਰਤੇ ਸੀ ਅਤੇ ਅੱਜ ਦੇ ਦਿਨ ਉਹਨੇ ਮਤਲਬ ਇਹ ਇਸ ਗੱਲ ਨੂੰ ਪ੍ਰਵਾਨ ਕੀਤਾ ਸੀ ਕਿ ਮੈਂ ਗੋਲੀ ਦਾ ਜਵਾਬ ਗੋਲੀ ਨਾਲ ਦਊਂਗਾ। ਠੀਕ ਹੈ, ਜਿੱਥੇ ਵੀ ਗੋਲੀ ਚੱਲੂਗੀ ਦੂਸਰੇ ਪਾਸੇ ਸਾਡੇ ਵੱਲੋਂ ਗੋਲੀ ਆ ਜਿਹੜੀ ਉਹ ਜ਼ਰੂਰ ਚੱਲੂਗੀ। ਮਤਲਬ ਉਹਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਦਾ ਮੈਨੂੰ ਲਾਇਸੈਂਸ ਦਿੱਤਾ ਗਿਆ, ਮੈਂ ਉਹ ਲਾਇਸੈਂਸ ਲੈ ਕੇ ਆਇਆ ਅਤੇ ਜਿਹੜਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਨੌਜਵਾਨਾਂ ਦਾ ਕਤਲੇਆਮ ਹੋਇਆ ਉਹ ਉਸ ਗੱਲ ਦੀ ਉਹਨੇ ਅੱਜ ਦੇ ਦਿਨ ਮਤਲਬ ਪ੍ਰਵਾਨਗੀ ਆ ਜਿਹੜੀ ਐਲਾਨੀਆ ਪ੍ਰਵਾਨਗੀ ਆ ਜਿਹੜੀ ਉਹਨੇ ਉਸ ਗੱਲ ਨੂੰ ਪ੍ਰਵਾਨ ਕੀਤਾ ਸੀ। ਬਹੁਤ ਵੱਡੀ ਗੱਲ ਆ ਜੀ, ਬੜੀ ਅਹਿਮ ਜਾਣਕਾਰੀ ਦਿੱਤੀ ਤੁਸੀਂ। ਮੈਂ ਸੋਚਦਾ ਕਿ ਸਾਡੀ ਸਿੱਖ ਕੌਮ ਨੂੰ ਅੱਜ ਵੀ ਜਿਵੇਂ ਕਿ ਤੁਸੀਂ ਪਹਿਲਾਂ ਸਰਬੱਤ ਖਾਲਸਾ ਦਾ ਜ਼ਿਕਰ ਕੀਤਾ ਕਿ ਦੇਖੋ ਹਰ ਸਾਲ ਹਰ 6 ਮਹੀਨੇ ਬਾਅਦ ਸਰਬੱਤ ਖਾਲਸਾ ਆਉਂਦਾ ਸੀ ਔਰ ਉਸ ਸਰਬੱਤ ਖਾਲਸੇ ਤੋਂ ਕੌਮ ਦਾ ਇੱਕ ਸ਼ਾਨਾ ਮੱਤਾ ਇਤਿਹਾਸ ਆ ਜਿਹੜਾ ਉਹ ਨਵਾਂ ਇਤਿਹਾਸ ਵੱਲ ਕਦਮ ਆ ਜਿਹੜਾ ਉਹ ਪੁੱਟਿਆ ਜਾਂਦਾ ਸੀ। ਸੋ ਇਹ ਸਰਬੱਤ ਖਾਲਸੇ ਦੀ ਸ਼ਕਤੀ ਸੀ ਜਿਹਨੂੰ ਅਸੀਂ ਅੱਜ ਸ਼ਾਇਦ ਅਹਿਸਾਸ ਕਰਦੇ ਹਾਂ। ਅੱਜ ਵੀ ਸਮੇਂ ਦੀ ਮੁੱਖ ਲੋੜ ਆ ਕਿ ਸਿੱਖ ਕੌਮ ਨੂੰ ਚਾਹੀਦਾ ਕਿ ਉਹ ਸਰਬੱਤ ਖਾਲਸਾ ਬੁਲਾ ਕੇ ਜਿਹੜੇ ਸਾਡੇ ਅਹਿਮ ਫੈਸਲੇ ਨੇ ਕੌਮ ਦੇ ਬਾਰੇ ਗੁਰਮਤ ਸਿਧਾਂਤਾਂ ਬਾਰੇ ਗੁਰਮਤ ਪ੍ਰਚਾਰ ਬਾਰੇ ਉਹ ਜ਼ਰੂਰ ਲੈਣੇ ਚਾਹੀਦੇ ਨੇ। ਇਹਨਾਂ ਸਭ ਇਹ ਸੀ ਆਪਣੇ ਪਿਆਰੇ ਦਰਸ਼ਕੋ ਅੱਜ ਦਾ ਸਾਡਾ ਖਬਰ ਅਤੇ ਵਿਚਾਰ ਪ੍ਰੋਗਰਾਮ। ਮੈਨੂੰ ਆ ਸਕੇ ਪਰ ਜ਼ਰੂਰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਸਾਨੂੰ ਦੇ ਇਜਾਜ਼ਤ ਆਓ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।